ਅਸਲਾਮ ਅਲੈਕਮ ਦੋਸਤੋ, ਮੈਂ ਜ਼ੀਸ਼ਾਨ ਅਲੀ ਟੂਰਿਸਟ ਮੈਂਟੋਰ ਚੈਨਲ ਤੋਂ ਅੱਜ ਇੱਕ ਦਫ਼ਾ ਫਿਰ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ, ਅੱਜ ਮੈਂ ਤੁਹਾਡਾ ਦੋ ਚੀਜ਼ਾਂ ਸ਼ੇਅਰ ਕਰਨੀਆਂ, ਥੋੜ੍ਹੀਆਂ ਇਨਫੋਰਮੇਸ਼ਨ ਹੈਗੀ ਆ, ਦੋ ਟੋਪਿਕ ਹੈਗੇ ਆ। ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਨੂੰ ਥੋੜ੍ਹੇ ਟਾਈਮ ਦੇ ਵਿੱਚ ਮੈਂ ਡਿਟੇਲ ਦੇ ਨਾਲ ਬਿਆਨ ਕਰ ਸਕਾਂ। ਵੀਡੀਓ ਨੂੰ ਐਂਡ ਤੱਕ ਦੇਖਿਓ। ਅਗਰ ਵੀਡੀਓ ਪਸੰਦ ਆਵੇ ਪਲੀਜ਼ ਇਹਨੂੰ ਲਾਈਕ, ਸ਼ੇਅਰ ਤਾਂ ਕਮੈਂਟ ਕਰਨਾ, ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ, ਅਤੇ ਮੇਰੇ ਜਿਹੜੇ ਨਵੇਂ ਆਉਣ ਵਾਲੇ ਦੋਸਤ ਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣ। ਥੈਂਕ ਯੂ ਸੋ ਵੈਰੀ ਮੱਚ ਜੀ। ਚਲੋ ਜੀ, ਅੱਜ ਮੈਂ ਤੁਹਾਨੂੰ ਉਹ ਦੋ ਜਿਹੜੀਆਂ ਨਿਊਜ਼ ਹੈਗੀਆਂ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਵਾਰੀ ਵਾਰੀ। ਪਹਿਲੀ ਨਿਊਜ਼ ਇਹ ਆ ਕਿ ਮੇਰੇ ਇੱਕ ਬਹੁਤ ਡੀਅਰ ਫਰੈਂਡ ਆ, ਉਹਨਾਂ ਦੇ ਛੋਟੇ ਭਾਈ ਦਾ US ਦਾ ਵੀਜ਼ਾ ਰਿਫਿਊਜ਼ ਹੋ ਗਿਆ। ਉਹ ਮੁਕੀਮ ਸੀਗੇ, ਰਹਿ ਰਹੇ ਸੀਗੇ ਮਿਡਲ ਈਸਟ ਦੇ ਵਿੱਚ। ਇੱਕ ਤਾਂ ਇਹ ਖਬਰ ਹੈਗੀ ਆ, ਇਹਦੇ ਬਾਰੇ ਮੈਂ ਤਫਸੀਲ ਨਾਲ ਤੁਹਾਨੂੰ ਦੱਸਦਾ। ਦੂਸਰੀ ਖਬਰ ਇਹ ਸੀਗੀ ਕਿ ਮੈਂ 10th of June ਨੂੰ ਕੰਟਰੀ ਤੋਂ ਬਾਹਰ ਜਾ ਰਿਹਾ ਵਾਂ 4 ਦਿਨ ਵਾਸਤੇ, ਫਰੋਮ 10th of June ਟੂ 14th of June। 2 ਦਿਨ ਮੈਂ ਯੂਰਪ ਦੇ ਕੰਟਰੀ ਦੇ ਵਿੱਚ ਰਹਾਂਗਾ। 12th of June ਨੂੰ ਮੈਂ ਜਾਣਾ ਵਾਂ ਮਲਡੋਵਾ। ਮਲਡੋਵਾ ਕਿਉਂ ਜਾ ਰਿਹਾ ਇਹ ਮੈਂ ਤੁਹਾਨੂੰ ਬਾਅਦ 'ਚੋਂ ਦੱਸਦਾ। ਪਹਿਲਾਂ ਅਸੀਂ ਪਹਿਲੀ ਗੱਲ ਪਹਿਲਾਂ, ਮੇਰੇ ਬਹੁਤ ਅੱਛੇ ਦੋਸਤ ਆ, ਉਹਨਾਂ ਦੇ ਛੋਟੇ ਭਾਈ ਮਿਡਲ ਈਸਟ ਦੇ ਵਿੱਚ ਜੋਬ ਕਰ ਰਹੇ ਸੀਗੇ, ਅਤੇ ਉਹਨਾਂ ਨੇ ਵੀਜ਼ਾ ਅਪਲਾਈ ਕੀਤਾ US ਦਾ। ਅੱਛਾ, ਉਹਨਾਂ ਨੇ ਜਿਹੜੇ ਮੇਰੇ ਦੋਸਤ ਦੇ ਛੋਟੇ ਭਾਈ ਸੀ, ਉਹਨਾਂ ਨੇ US ਦਾ ਵੀਜ਼ਾ ਅਪਲਾਈ ਕੀਤਾ, ਵੀਜ਼ਾ ਦਾ ਰਿਫਿਊਜ਼ ਹੋ ਗਿਆ। ਰਿਫਿਊਜ਼ ਤੋਂ ਮੈਂ ਉਹਨਾਂ ਕੋਲ ਪੁੱਛੀ ਵੀ ਕੀ ਵਜ੍ਹਾ ਬਣੀ। ਉਹ ਜਿਹੜੀ ਉਹਨਾਂ ਨੇ ਮੈਨੂੰ ਵਜ੍ਹਾ ਦੱਸੀ ਨਾ, ਉਹ ਰੀਜ਼ਨਸ ਦੱਸੀਆਂ, ਉਹ ਤੋਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਉਹਨੇ ਨਾ ਪਹਿਲਾਂ ਹੀ ਜਿਹੜਾ ਵੀਜ਼ਾ ਆਫਿਸਰ ਸੀ ਉਹਨੇ ਮਾਇੰਡ ਬਣਾਇਆ ਸੀ ਕਿ ਮੈਨੂੰ ਵੀਜ਼ਾ ਦੇਣਾ ਹੀ ਨਹੀਂਗਾ। ਅਤੇ ਤੁਸੀਂ ਮੇਰੀ ਗੱਲ ਗੌਰ ਨਾਲ ਸੁਣਿਓ। ਅੱਛਾ, ਉਹਨਾਂ ਨੇ 3 ਸਵਾਲ ਪੁੱਛੇ, ਮੈਂ ਤੁਹਾਨੂੰ ਸਵਾਲ ਦੱਸ ਦਿੰਦਾ। ਫਸਟ ਕੁਐਸਚਨ ਉਹਨਾਂ ਨੇ ਪੁੱਛਿਆ ਕਿ ਵਾਈ ਡੂ ਯੂ ਵਾਂਟ ਟੂ ਗੋ ਟੂ US, ਤੁਸੀਂ ਕਿਉਂ ਜਾਣਾ ਚਾਹ ਰਹੇ US ਨੂੰ। ਉਹਨਾਂ ਨੇ ਦੱਸਿਆ ਬਿਕੋਜ਼ ਆਫ ਵਿਜ਼ਿਟ। ਇਹ ਥੋੜ੍ਹਾ ਜਿਹਾ ਇਹਨਾਂ ਨੂੰ ਅਲੈਬਰੇਟ ਕਰਨਾ ਚਾਹੀਦਾ ਸੀਗਾ, ਇੱਕ ਤੁਹਾਡੇ ਕੋਲ ਪਲਾਨੋਗ੍ਰਾਮ ਹੋਣਾ ਚਾਹੀਦਾ ਸੀਗਾ, ਇੱਕ ਚੀਜ਼। ਇਹਨਾਂ ਨੇ ਸਿਰਫ ਵਿਜ਼ਿਟ ਦੇ ਉੱਤੇ ਦੱਸ ਕੇ ਗੱਲ ਖਤਮ ਕਰ ਦਿੱਤੀ। ਖੈਰ, ਸੈਕਿੰਡ ਕੁਐਸਚਨ ਉਹਨਾਂ ਨੇ ਪੁੱਛਿਆ ਕਿ ਹਾਓ ਲੌਂਗ ਯੂ ਗੋਨਾ ਸਟੇ ਓਵਰ ਦੇਅਰ, US ਦੇ ਵਿੱਚ ਤੁਸੀਂ ਕਿਤਨੀ ਦੇਰ ਸਟੇ ਕਰੋਗੇ। ਇਹਨੇ ਕਿਹਾ ਕਿ 15 ਦਿਨ। ਅੱਛਾ, ਥਰਡ ਉਹਨੇ ਕੁਐਸਚਨ ਪੁੱਛਿਆ ਕਿ ਆਰ ਯੂ ਮੈਰਿਡ। ਇਹਨੇ ਕਹਿੰਦਾ ਨਹੀਂ, ਮੈਂ ਸਿੰਗਲ ਹਾਂ। ਉਸ ਤੋਂ ਉਹਨੇ 2-3 ਮਿੰਟ ਲਾਏ ਹੋਣੇ। ਟੋਟਲ ਜਿਹੜਾ ਵਾ ਟਾਈਮ ਲੱਗਿਆ ਇੰਟਰਵਿਊ ਦਾ 5 to 8 ਮਿੰਟ ਹੋਣਗੇ, 8-7 ਮਿੰਟ ਬਕੌਲ ਉਹਨਾਂ ਦੇ, ਮੇਰੇ ਦੋਸਤ ਦੇ ਭਾਈ ਦੇ। ਉਹਨਾਂ ਨੇ ਕਿਹਾ 7-8 ਮਿੰਟ ਦੇ ਬਾਅਦ ਉਹਨੇ ਮੈਨੂੰ ਕਿਹਾ ਕਿ ਸੋਰੀ, ਆਈ ਐਮ ਨੋਟ ਸੈਟਿਸਫਾਈਡ, ਸੋ ਮੈਂ ਤੈਨੂੰ ਵੀਜ਼ਾ ਨਹੀਂ ਦੇ ਰਿਹਾ। ਇਹ ਮਤਲਬ ਸ਼ੌਕ ਜ਼ਿਆਦਾ ਹੋ ਗਏ, ਇਹਨਾਂ ਨੂੰ ਗੱਲ ਹੀ ਨਹੀਂ ਆਈ। ਉਹ ਬੰਦਾ ਨਰਵਸ ਹੁੰਦਾ, ਵੈਸੇ ਵੀ ਐਮਬੈਸੀ ਪਹਿਲੀ ਦਫ਼ਾ ਫੇਸ ਕਰਦਾ, ਉਹ ਨਰਵਸ ਸੀਗੇ ਅਤੇ ਵੀਜ਼ਾ ਉਹਨਾਂ ਨੇ ਕਿਹਾ ਰਿਫਿਊਜ਼, ਸ਼ੌਕਡ ਹੋ ਗਏ। ਅਤੇ ਇਹ ਕੀ ਬਣਿਆ ਮੇਰੇ ਨਾਲ, ਉਹ ਤਾਂ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਕਿ ਮੇਰੇ ਨਾਲ ਹੋਇਆ ਕੀ ਆ। ਅੱਛਾ, ਖੈਰ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹਨੇ ਆਪਣਾ ਜ਼ੇਨ ਵੀਜ਼ਾ ਆਫਿਸਰ ਨੇ ਪਹਿਲਾਂ ਹੀ ਬਣਾਇਆ ਸੀਗਾ ਕਿ ਮੈਨੂੰ ਵੀਜ਼ਾ ਦੇਣਾ ਹੀ ਨਹੀਂਗਾ, ਨਹੀਂ ਤਾਂ ਇਤਨਾ ਛੋਟਾ ਇੰਟਰਵਿਊ ਨਹੀਂ ਹੁੰਦਾ, ਉਹ ਕਿਸੇ ਇੱਕ ਅੱਧੇ ਕੁਐਸਚਨ ਦੇ ਵਿੱਚ ਹੁੰਦਾ ਵਾ। ਅੱਛਾ, ਕਿਉਂ ਉਹਨੇ ਇਸ ਤਰ੍ਹਾਂ ਸੋਚਿਆ ਕਿ ਮੈਨੂੰ ਵੀਜ਼ਾ ਦੇਣਾ ਹੀ ਨਹੀਂ? ਇਹਦੇ ਕੋਲ ਸਪੋਰਟਿੰਗ ਡਾਕੂਮੈਂਟਸ ਹੈ ਨਹੀਂ ਸੀ, ਟਰੈਵਲ ਹਿਸਟਰੀ ਹੈ ਨਹੀਂ ਸੀਗੀ। ਮੇ ਬੀ ਪੋਸੀਬਲੀ ਕਿ ਉਹਦੀ ਪੇ ਵੀ ਇਤਨੀ ਅੱਛੀ, ਐਵਰੇਜ ਪੇ ਹੋਣੀ ਆ, ਪੇ ਵੀ ਇਤਨੀ ਜ਼ਿਆਦਾ ਹਾਈ ਨਹੀਂ ਹੋਣੀ। ਇਹ 3-4 ਰੀਜ਼ਨਾਂ ਜਿਹੜੀਆਂ ਮੈਨੂੰ ਲੱਗੀਆਂ। ਅੱਛਾ, ਦੂਸਰਾ, ਜਦੋਂ ਤੁਸੀਂ ਇਹ ਤੁਸੀਂ ਸਾਰੇ ਜਿਤਨੇ ਵੀ ਅਸੀਂ ਦੋਸਤ ਹਾਂ ਨਾ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੀਜ਼ਾ ਉੱਥੇ ਜਾਣਾ ਵਾ, ਅਸੀਂ ਉਸ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਵੀਜ਼ਾ ਦੇ ਦੇਵੇ ਇਹ।
ਅਸੀਂ ਪਲਾਨ ਕੀਤਾ ਹੁੰਦਾ ਕਿ ਅਸੀਂ ਫਲਾਨੀ ਜਗ੍ਹਾ ਵਿਜ਼ਿਟ ਕਰਨਾ, ਯੇ ਕੀਤਾ ਹੁੰਦਾ, ਵੋ ਕੀਤਾ ਹੁੰਦਾ, ਵਾਪਸੀ ਦਾ ਇਹ ਚੀਜ਼ ਜਿਹੜਾ ਹੁੰਦਾ ਨਾ ਵੀਜ਼ਾ ਆਫੀਸਰ, ਉਹ ਚੈੱਕ ਇਹ ਕਰਦਾ ਕਿ ਇਹਨੇ ਵਾਪਸ ਕਿਹੜੀ ਗਰਾਊਂਡਸ ਦੇ ਉੱਤੇ ਆਉਣਾ, ਕਿਹੜੀ ਸਟੇ, ਮਤਲਬ ਰੀਜ਼ਨ ਇਹਦੇ ਕੋਲ ਕੀ ਹੈ ਵਾਪਸੀ ਆਉਣ ਦੇ, ਮੈਰਿਡ, ਫੈਮਿਲੀ, ਲੈਂਡ, ਬਿਜ਼ਨਸ, ਸ਼ਾਪ, ਇਹ ਚਾਰ ਪੰਜ ਚੀਜ਼ਾਂ ਜਿਹੜੀਆਂ ਵਾ, ਇਹ ਫੈਕਟ ਹੈਗਾ ਵਾ, ਟਿਪ ਵੀ ਆ ਤੁਹਾਡੇ ਕੋਲ, ਇਹ ਚੀਜ਼ਾਂ ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੀਆਂ ਵਾ ਵੀਜ਼ਾ ਹਸੂਲ, ਵੀਜ਼ਾ ਲੈਣ ਦੇ ਵਾਸਤੇ ਇਹ ਚੀਜ਼ਾਂ ਨੋਟ ਰੱਖੀ ਦੀਆਂ ਹੁੰਦੀਆਂ। ਦੂਸਰਾ, ਟਰੈਵਲ ਹਿਸਟਰੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਤੁਸੀਂ ਮਤਲਬ ਮਿਡਲ ਈਸਟ ਤੁਸੀਂ ਕੋਈ ਕੰਟਰੀ ਵਿਜ਼ਿਟ ਨਹੀਂ ਕੀਤਾ ਸਟ੍ਰੇਟ ਵੇ, ਤੁਸੀਂ ਯੂ ਐੱਸ ਦੁਨੀਆ ਦੇ ਦੂਸਰਾ ਤੀਸਰਾ ਜਿਹੜਾ ਵੱਡਾ ਕੰਟਰੀ ਆ, ਤੁਸੀਂ ਉਹਦਾ ਵੀਜ਼ਾ ਅਪਲਾਈ ਕਰਦੇ ਪਏ ਆ, ਤੁਸੀਂ ਵੀਜ਼ਾ ਬਹੁਤ ਹਾਰਡ ਆ। ਮੈਨੂੰ ਛੋਟਾ ਜਿਹਾ ਤੁਹਾਨੂੰ ਮੈਂ ਗੱਲ ਸੁਣਾਉਣਾ, ਮੈਂ ਬਹੁਤ ਯੰਗ ਸੀਗਾ ਅਤੇ ਮੈਂ ਨਾ ਮਿਡਲ ਈਸਟ ਮੈਂ ਪੂਰਾ ਘੁੰਮਿਆ ਸੀ, ਮੋਸਟ ਆਫ ਦਾ ਮਿਡਲ ਈਸਟ, ਐਂਡ ਦੈਨ ਜਿਹੜੇ ਏਸ਼ੀਅਨ ਕੰਟਰੀ ਆ ਜਿਸ ਤਰ੍ਹਾਂ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ, ਕੰਬੋਡੀਆ, ਇਹ ਵੀ ਮੈਂ ਵਿਜ਼ਿਟ ਕੀਤੇ ਸੀਗੇ। ਸਿਰਫ ਚਾਈਨਾ ਦਾ ਮੇਰੇ ਕੋਲ ਵੀਜ਼ਾ ਸੀਗਾ ਲੇਕਿਨ ਮੈਂ ਗਿਆ ਨਹੀਂ ਸੀਗਾ, ਅਤੇ ਮੈਂ ਜਰਮਨੀ ਦਾ ਵੀਜ਼ਾ ਅਪਲਾਈ ਕੀਤਾ ਸ਼ੈਂਗਨ, ਅਤੇ ਮੇਰਾ ਇੰਟਰਵਿਊ ਖੈਰ ਕਾਫੀ ਲੰਬਾ ਹੋਇਆ, 12-15 ਮਿੰਟ ਤੋਂ ਜ਼ਿਆਦਾ ਮੈਨੂੰ ਸਵਾਲੋ ਜਵਾਬ ਚੱਲਦੇ ਰਹੇ, ਅਤੇ ਬਾਅਦ 'ਚੋਂ ਕਹਿੰਦਾ ਯਾਰ ਮੈਂ ਤੇਰੇ ਤੋਂ ਸੈਟਿਸਫਾਈਡ ਨਹੀਂ ਹਾਂ। ਮੈਂ ਕਿਉਂ ਤੂੰ ਮੇਰੇ ਤੋਂ ਸੈਟਿਸਫਾਈਡ ਨਹੀਂ ਆ? ਕਹਿੰਦਾ ਯਾਰ ਬਿਕੋਜ਼ ਇਸ ਵਜ੍ਹਾ ਤੋਂ ਕਿ ਮੈਨੂੰ ਲੱਗਦਾ ਪਿਆ ਵਾ ਕਿ ਤੂੰ ਉੱਥੋਂ ਜਾ ਕੇ ਵਾਪਸ ਨਹੀਂ ਆਉਣਾ। ਅਤੇ ਮੇਰੇ ਇਸ ਚੀਜ਼, ਮੈਂ ਲਿਟਰਲੀ ਤੁਹਾਨੂੰ ਦੱਸਦਾ ਪਿਆ, ਮੇਰੇ ਜ਼ਿਹਨ 'ਚ ਹੀ ਨਹੀਂ ਕਿ ਮੈਂ ਉੱਥੇ ਜਾ ਕੇ ਸਲਿੱਪ ਹੋਣਾ ਜਾਂ ਮੈਂ ਉੱਥੇ ਰੁਕਣਾ ਵਾ, ਮੈਂ ਬੜਾ ਸ਼ੌਕ ਜਿਹਾ ਹੋਇਆ। ਅਤੇ ਮੈਂ ਕਿਹਾ ਤੁਹਾਡੇ ਕੋਲ ਕਿਹੜਾ ਐਸਾ ਟੂਲ ਆ ਕਿ ਐਸਾ ਇੰਸਟਰੂਮੈਂਟ ਆ ਕਿ ਤੂੰ ਮੈਨੂੰ ਲਾ ਕੇ ਦੱਸ ਸਕੇ ਕਿ ਮੇਰੇ ਦਿਲ ਦੇ ਵਿੱਚ ਜਾਂ ਦਿਮਾਗ 'ਚ ਇਹ ਚੱਲ ਰਿਹਾ ਕਿ ਮੈਂ ਉੱਥੇ ਜਾ ਕੇ ਵਾਪਸ ਨਹੀਂ ਆਉਣਾ? ਮੈਂ ਪੂਰੇ ਕੌਨਫੀਡੈਂਸ ਦੇ ਨਾਲ ਅਦਬ ਦੇ ਦਾਇਰੇ ਦੇ ਵਿੱਚ ਰਹਿ ਕੇ ਮੈਂ ਉਹਨਾਂ ਨਾਲ ਗੱਲ ਕੀਤੀ। ਖੈਰ ਉਹਨੇ ਕਿਹਾ ਕਿ ਅਗਰ ਤੂੰ ਨਹੀਂ ਮੇਰੇ ਡਿਸੀਜਨ ਤੋਂ ਸੈਟਿਸਫਾਈਡ ਤਾਂ ਆਪਾਂ ਸੈਕਿੰਡ ਡਿਸੀਜਨ ਲੈ ਲੈਂਦੇ, ਕੋਈ ਜੱਜ ਸਾਹਿਬ ਆ ਇਮੀਗ੍ਰੇਸ਼ਨ ਦੇ, ਉਹ ਇਹਨੂੰ ਰਿਵਿਊ ਕਰਨਗੇ ਤੇਰੇ ਕੇਸ ਨੂੰ। ਅਤੇ ਮੈਂ ਉਹਨੂੰ ਕਿਹਾ ਕੋਈ ਮਸਲਾ ਨਹੀਂ ਗਾ, ਤੂੰ ਦੇ ਉਹਨਾਂ ਨੂੰ। ਪਤਾ ਨਹੀਂ ਉਹਨੇ ਦਿੱਤਾ ਜਾਂ ਨਹੀਂ ਦਿੱਤਾ। ਖੈਰ ਮੈਨੂੰ ਤੀਸਰੇ ਦਿਨ ਬਾਅਦ ਕਾਲ ਆਈ ਕਿ ਮਿਸਟਰ ਓਲੀ ਕੰਗਰੈਜੂਲੇਸ਼ਨ ਕਿ ਤੁਸੀਂ ਆਪਣਾ ਪਾਸਪੋਰਟ ਕਲੈਕਟ ਕਰ ਲਓ, ਤੁਹਾਡਾ ਵੀਜ਼ਾ ਲੱਗ ਗਿਆ ਵਾ। ਕੌਨਫੀਡੈਂਸ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਕੋਲ ਡਾਕੂਮੈਂਟ ਸਾਰੇ ਪੂਰੇ ਆ, ਟਰੈਵਲ ਹਿਸਟਰੀ ਠੀਕ ਆ, ਤੁਹਾਡੇ ਕੋਲ ਵਾਪਸੀ ਦਾ ਜਵਾਜ਼ ਵੀ ਹੈ ਵਾ ਸੋਲਿਡ ਰੀਜ਼ਨ ਦੇ ਉੱਤੇ, ਤੁਸੀਂ ਕੌਨਫੀਡੈਂਸ ਦੇ ਨਾਲ ਜਾ ਕੇ ਗੱਲ ਕਰੋ। ਉਹ ਵਿਚਾਰਾ ਬੱਚਾ ਬਿਲਕੁਲ ਹੀ ਸ਼ੌਕ ਹੋ ਗਿਆ ਜਦੋਂ ਉਹਨੇ ਕਿਹਾ, ਡਿਸਹਾਰਟ ਹੋ ਗਿਆ, ਟਾਈਮ ਬੜਾ ਜ਼ਾਇਆ ਹੁੰਦਾ, ਪੇਪਰ ਵਰਕ ਤੁਹਾਡਾ ਹੋਰ, ਮਤਲਬ ਮੈਂ ਤਾਂ ਖੈਰ ਉਹਨਾਂ ਲਈ ਦੁਆਗੋ ਹਾਂ। ਮੈਂ ਪਹਿਲਾਂ ਵੀ ਉਹਨਾਂ ਨੂੰ ਇਹ ਕਹਿ ਰਿਹਾ ਸੀ ਕਿ ਤੁਸੀਂ ਡਾਇਰੈਕਟ ਵੱਡੇ ਕੰਟਰੀ ਦਾ ਵੀਜ਼ਾ ਨਾ ਅਪਲਾਈ ਕਰੋ, ਯੂਰਪੀ ਯੂਨੀਅਨ ਦਾ ਕਰੋ, ਫਿਰ ਸ਼ੈਂਗਨ ਦਾ ਕਰੋ, ਫਿਰ ਇਸ ਤਰ੍ਹਾਂ। ਤੁਹਾਡੇ ਲਈ ਵੀ ਇਹੀ ਪੈਗਾਮ ਆ ਕਿ ਸਟੈਪ ਬਾਏ ਸਟੈਪ ਇਹਨੂੰ ਕਰੋ, ਟਰੈਵਲ ਹਿਸਟਰੀ ਬਣਾਓ, ਜ਼ਰੂਰ ਕਰੋ। ਅੱਛਾ, ਦੂਸਰਾ ਟੋਪਿਕ, ਦੂਸਰਾ ਇਹ ਸੀਗਾ ਕਿ ਮੈਂ 12 ਤਰੀਕ ਨੂੰ ਮੈਂ ਜਾਣਾ, ਮਲਡੋਵਾ ਪਹੁੰਚਣਾ ਵਾ। 12 ਤਰੀਕ ਨੂੰ ਉੱਥੇ ਇੱਕ ਰਿਕਰੂਟਮੈਂਟ ਕੰਪਨੀ ਹੈ, ਮੈਂ ਉਹਨਾਂ ਨਾਲ ਅਪੁਆਇੰਟਮੈਂਟ ਬਣਾਈ ਆ। ਉਹ ਰਿਕਰੂਟ ਕਰਦੇ ਆ ਬੰਦੇ ਨੋਨ ਈਯੂ ਨੈਸ਼ਨਲ, ਪਾਕਿਸਤਾਨ ਨੂੰ ਵੀ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਰਿਕਰੂਟ ਕਰਾਂਗੇ। ਮੈਂ ਉਹਨਾਂ ਕੋਲ ਜਾਊਂਗਾ, ਪੂਰੀ ਡਿਟੇਲ ਲਾਊਂਗਾ। ਮੈਂ ਉੱਥੇ ਦਾ ਖੈਰ ਜਿਹੜਾ ਵਾ ਮਲਡੋਵਾ ਦਾ ਮੈਂ ਵਿਜ਼ਿਟ ਵੀ ਕਰਾਂਗਾ, ਵੀਡੀਓ ਵੀ ਬਣਾਊਂਗਾ ਤੁਹਾਡੇ ਵਾਸਤੇ। ਅਤੇ ਮੈਂ ਉਹ ਜਿਹੜੀ ਆ ਰੈਕਰੂਟਮੈਂਟ ਕੰਪਨੀ, ਉਹਨਾਂ ਦੀ ਰਿਕੁਆਇਰਮੈਂਟ ਕੀ ਹੈ, ਕ੍ਰਾਈਟੇਰੀਆ ਕੀ ਹੈ, ਮੈਂ ਤੁਹਾਨੂੰ ਪੂਰਾ ਲੱਭ ਦੱਸੂੰਗਾ। ਅਤੇ ਉਹ ਵੀਡੀਓ ਮੈਂ ਮੈਂ ਵੀਡੀਓ ਉਹ ਬਣਾਊਂਗਾ ਉਰਦੂ ਜਾਂ ਹਿੰਦੀ ਦੇ ਵਿੱਚ ਨਾ, ਤਾਂ ਕਿ ਜਿਹੜੇ ਮੇਰੇ ਦੋਸਤ ਸਪੈਸ਼ਲੀ ਬੰਗਲਾਦੇਸ਼, ਇੰਡੀਅਨ, ਪਾਕਿਸਤਾਨ ਦੇ ਵਿੱਚ ਜਿਹੜੇ ਆ, ਕਰਾਚੀ ਦੇ ਜਾਂ ਪਖਤੂਨ ਆ, ਖੈਬਰ ਪਖਤੂਨਖਾਨ ਦੇ ਜਾਂ ਸਿੰਧ ਦੇ ਆ, ਉਹ ਪੰਜਾਬੀ ਅੰਡਰਸਟੈਂਡ ਨਹੀਂ ਕਰਦੇ, ਤਾਂ ਕਿ ਉਹਨਾਂ ਲਈ ਆਸਾਨੀ ਹੋਵੇ। ਅਤੇ ਆਪਣਾ ਖਿਆਲ ਰੱਖਿਓ,
ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ। ਗੁੱਡ ਲੱਕ।